मेरे यूट्यूब चैनल से आपका स्वागत है जी। रेड़ियां गच्चक ते मूंगफली का त्यौहार लोहड़ी मौके शहर लोहियां खास विखे मूंगफली गच्चक ते रेड़ियां दे दुकानां ते ग्राहकां दी गहमा गहमी। हुण आप जी दे सामने पेश हन लोहियां खास विखे मनाई लोहड़ी दीआं कुछ झलकियां। ਕਿੱਦਾਂ ਰਿਹਾ ਕੱਲ ਲੋਹੜੀ ਦਾ ਤੇਰਾ? ਚੰਗਾ ਮਾਲ ਵਿਕਿਆ? ਹੋਰ ਠੀਕ ਆ। ਹੋਰ ਲੋਹੜੀ ਫਿਰ ਤੈਨੂੰ ਮੁਬਾਰਕ ਹੈ। ਹਾਂ ਬਈ ਫਰੂਟ ਸਾ ਠੀਕ ਠਾਕ? ਲੋਹੜੀ ਠੀਕ ਠਾਕ? ਚਲੋ ਬਹੁਤ ਵਧੀਆ ਜੀ। ਹਾਂਜੀ ਚਲੋ ਧੰਨ ਧੰਨ ਚਾਹੀਦਾ ਹੈ। ਫਰੂਟ ਵਾਲਿਓ ਜੀ ਕੀ ਹਾਲ ਆ? ਹਾਂਜੀ ਕਿੱਦਾਂ ਕਿੱਦਾਂ ਫਿਰ ਲੋਹੜੀ ਦਾ? ਵਧੀਆ ਚੱਲ ਰਿਹਾ ਲੋਹੜੀ ਦਾ? ਹੋਰ ਇੱਕ ਸੁਣਾ ਦਿਓ। ਓ 60 ਰੁਪਏ? ਵਾਹ ਬਈ ਵਾਹ, ਠੀਕ ਆ ਬਾਈ। ਕੁਰਸੀ ਤੇ ਮੇਰੀ ਪਾਬੋ ਬੜੀ ਮੁਟਿਆਰ ਬਹਿੰਦੀ ਰਤੜੇ ਤੇ ਉੱਚੀ ਚੀਕ ਨਾ ਮਾਰ ਚੀਕ ਬੜੋ ਚਾਂਦੀ ਮੁੱਠ ਪਰੀ ਜਵੈਨ ਖਿਚੜੀ ਮੁੱਠਾਂ ਦੀ ਚਲੋ ਨਿਕਲ ਗੁਰਦੁਆਰੇ ਲੋਹੜੀ ਮੰਗਣ ਡਾਇਆ ਟੋਪੀ ਲੱਭੀ ਸੱਤਾ ਪੁੱਤਾਂ ਵਾਲੀ ਤੇਰਾ ਇੱਕ ਪੁੱਤਰ ਗਵਾਰਾ ਉਹ ਡਿਊਟੀ ਖੇਡਣ ਵਾਲਾ ਉਹ ਡਿਊਟੀ ਕਿੱਥੇ ਖੇਲੇ ਲਾਹੌਰ ਸ਼ਹਿਰ ਖੇਲੇ ਲਾਹੌਰ ਸ਼ਹਿਰ ਉੱਚਾ ਮੇਰੇ ਮਨ ਪਕਾਵਾਂ ਸੁੱਚਾ ਫਿਰ ਮੈਨੂੰ ਲੱਗੇ ਮੋਤੀ ਮੈਂ ਕੁੜੀਆਂ ਵਿੱਚ ਖਲੋਤੀ ਕੁੜੀਆਂ ਮਗਰ ਲੋਹੜੀ ਮੈਂ ਗਾਵਾਂਗੀ ਘੋੜੀ ਘੋੜੀ ਛੱਡ ਕੇ ਤੀਰ ਮਾਰਿਆ।
हाथ सिर ते रखे हो जी जदों मैं डोला हाथ सिर ते रखे हो जी जदों मैं डोला हाथ सिर ते रखे हो जी जदों मैं डोला हाथ सिर ते रखे हो जी जदों मैं डोला ਬਜਾਰੀ ਉੱਡ ਕੇ ਗੁਰਾਂ ਨੂੰ ਮਿਲੀਏ ਜੇ ਖੰਭ ਵਿਕਦੇ ਹੋਣ ਬਜਾਰੀ ਉੱਡ ਕੇ ਗੁਰਾਂ ਨੂੰ ਮਿਲੀਏ ਜੇ ਖੰਭ ਵਿਕਦੇ ਹੋਣ ਬਜਾਰੀ ਉੱਡ ਕੇ ਗੁਰਾਂ ਨੂੰ ਮਿਲੀਏ ਜੇ ਖੰਭ ਵਿਕਦੇ ਹੋਣ ਬਜਾਰੀ ਉੱਡ ਕੇ ਗੁਰਾਂ ਨੂੰ ਮਿਲੀਏ ਜੇ ਖੰਭ ਵਿਕਦੇ ਹੋਣ ਬਜਾਰੀ ਕੇ ਗੁਰਾਂ ਨੂੰ ਮਿਲੀਏ ਜੇ ਖੰਭ ਵਿਕਦੇ ਹੋਣ ਬਜਾਰੀ ਉੱਠ ਕੇ ਗੁਰਾਂ ਨੂੰ ਮਿਲੀਏ ਜੇ ਖੰਭ ਵਿਕਦੇ ਹੋਣ ਬਜਾਰੀ ਉੱਠ ਕੇ ਗੁਰਾਂ ਨੂੰ ਮਿਲੀਏ ਜੇ ਖੰਭ ਵਿਕਦੇ ਹੋਣ ਬਜਾਰੀ ਤਨ ਜੜਾਈ ਆਪਣੇ। ਮੈਂ ਗੁਰਦੀਪ ਸਿੰਘ ਸਰਪੰਚ ਪਿੰਡ ਜਗਤੋਪੁਰ ਕਲਾਂ ਅਤੇ ਸਮੂਹ ਨਗਰ ਨਿਵਾਸੀ ਅੱਜ ਲੋਹੜੀ ਦੇ ਸ਼ੋਭਾ ਅਵਸਰ ਤੇ ਸਾਡੇ ਨਗਰ ਨਿਵਾਸੀਆਂ ਨੇ ਉਪਰਾਲਾ ਕੀਤਾ ਕਿ ਆਪਾਂ ਸਾਂਝੇ ਤੌਰ ਤੇ ਇੱਕ ਚੌਂਕ ਦੇ ਵਿੱਚ ਜਿਹੜਾ ਲੋਹੜੀ ਬਾਲੀ ਜਾਵੇ ਔਰ ਲੋਹੜੀ ਦਾ ਜਸ਼ਨ ਮਨਾਇਆ ਜਾਵੇ ਸੋ ਧੰਨਵਾਦੀ ਹਾਂ ਸਾਰੇ ਵੀਰਾਂ ਦਾ ਸਾਰੇ ਵੀਰਾਂ ਨੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਬਹੁਤ ਸਹਿਯੋਗ ਦਿੱਤਾ ਔਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਲੋਹੜੀ ਉਹ ਦੇਖ ਲਓ ਲੋਹੜੀ ਬਾਲੀ ਹੋਈ ਬਲ ਰਹੀ ਹੈ ਔਰ ਬੀਬੀਆਂ ਦਾ ਵਿਸ਼ਾਲ ਇਕੱਠ ਹੈ ਜੋ ਕਿ ਬੀਬੀਆਂ ਲੋਹੜੀ ਦੇ ਗੀਤ ਆਪ ਜੀ ਨੂੰ ਗਾ ਕੇ ਜਾਂ ਸ਼ਬਦ ਉਹ ਸੁਣਾਉਣਗੀਆਂ ਪਿੰਡ ਜੱਕੋਪੁਰ ਕਲਾਂ ਦੇ ਸਰਪੰਚ ਗੁਰਦੀਪ ਸਿੰਘ ਵੱਲੋਂ ਪਿੰਡ ਦੇ ਚੌਂਕ ਵਿੱਚ ਪਿੰਡ ਦੇ ਲੋਕਾਂ ਨਾਲ ਸਾਂਝੇ ਤੌਰ ਤੇ ਮਨਾਈ ਲੋਹੜੀ ਮੇਰੇ ਵੱਲੋਂ ਸਰਪੰਚ ਗੁਰਦੀਪ ਸਿੰਘ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਯੂਟਿਊਬ ਚੈਨਲ ਤੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਇਕਨ ਜ਼ਰੂਰ ਕਰੋ ਜੀ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਧੰਨਵਾਦ।